ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾਂ ਹੋਈਆਂ ਨੇ, ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਆਉਣੀ ਹੈ ਔਰ ਪੰਥ ਦੇ ਹੋਰ ਗੰਭੀਰ ਜਿਹੜੇ ਮਸਲੇ ਹੈ, ਜਿਹੜੇ ਮੌਜੂਦਾ ਮਸਲੇ ਹੈ ਔਰ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਇਸ ਟਾਈਮ 'ਤੇ ਬਹੁਤ ਵੱਡੀ ਜਿਹੜੀ ਇਸ ਵੇਲੇ ਘਾਟ ਪਈ ਹੈ, ਚਾਹੇ ਉਹ ਰਾਜਨੀਤਿਕ ਤੌਰ 'ਤੇ ਹੈ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਅਤੇ ਪੰਥ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਵਾਸਤੇ ਅਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫ਼ੀ ਮੰਗਣ ਵਾਸਤੇ ਲਿਖਤੀ ਤੌਰ 'ਤੇ ਉਹ 1 ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਣ ਕੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ, ਇੱਕ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਅਤੇ ਉਹ ਸਰਕਾਰ ਵਿੱਚ ਬੈਠੇ ਸਨ ਅਤੇ ਉਸ ਟਾਈਮ 'ਤੇ ਜਿਹੜੇ ਬੇਅਦਬੀ ਹੋਈ ਹੈ ਅਤੇ ਬੇਅਦਬੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਗੀ ਦਿੱਤੀ ਗਈ ਔਰ ਉਹਦੇ 'ਚ ਅਸੀਂ ਉਹ ਕਹਿੰਦੇ ਬੋਲ ਨਹੀਂ ਸਕੇ, ਸੈਣੀ ਨੂੰ DGP ਲਾਇਆ, ਹਜ਼ਾਰ ਆਲਮ ਨੂੰ ਉਹਦੇ ਘਰਦਿਆਂ ਨੂੰ ਟਿਕਟ ਦਿੱਤੀ, ਚਾਹੇ ਇਸੇ ਤਰ੍ਹਾਂ ਹੋਰ ਮਾਫ਼ੀ ਦਿੱਤੀ ਗਈ ਰਾਮ ਰਹੀਮ ਨੂੰ, ਕਹਿੰਦੇ ਅਸੀਂ ਉਸ ਵਕਤ ਨਾਲ ਸੀ ਅਤੇ ਲੇਕਿਨ ਅਸੀਂ ਉੱਥੇ ਬੋਲੇ ਨਹੀਂ, ਕਿਉਂਕਿ ਗੁਰਬਾਣੀ ਕਹਿੰਦੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾਂ ਚੋਲੀਏ। ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਤਾਈਆਂ ਹੋਈਆਂ ਨੇ ਉਹਦੀ ਮਾਫ਼ੀ ਮੰਗਣ ਵਾਸਤੇ, ਨਤਮਸਤਕ ਹੋਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ 1 ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆਣ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇਗੀ ਔਰ ਉਸ ਬਾਰੇ ਅਸੀਂ ਅੱਜ ਮਿਲ ਕੇ ਅਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤਾ। ਬੜੀਆਂ ਗੰਭੀਰ ਵਿਚਾਰਾਂ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ, ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ 'ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਹੈ ਇਹ ਸਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਅਸੀਂ ਮਿਲ ਕੇ ਕੀਤਾ। ਦੇਖੋ ਇਹ ਸਾਰੇ ਹੁਣ ਮੈਂ ਇਕੱਲੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ, ਕਲੈਕਟਿਵ ਤੌਰ 'ਤੇ ਸਾਰੀ ਲੀਡਰਸ਼ਿਪ ਹੀ ਇਹ ਦੋਸ਼ੀ ਸੀ, ਕਿਉਂਕਿ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ, ਜੇ ਕਾਰਵਾਈ ਉੱਥੇ ਨਹੀਂ ਹੋਈ ਜਾਂ DGP ਲਾਇਆ ਗਿਆ ਚਾਹੇ ਅਕਾਲ ਤਖਤ ਸਾਹਿਬ 'ਤੇ ਮਾਫ਼ੀ ਦਿੱਤੀ ਗਈ ਅਤੇ ਸਾਰੀ ਲੀਡਰਸ਼ਿਪ ਉਹਦੇ ਉਸ ਟਾਈਮ 'ਤੇ ਹੈਗੀ ਸੀ, ਇਕੱਲੇ ਦਾ ਨਾਂ ਕਿਸੇ ਦਾ ਆਪਾਂ ਕਿਉਂ ਲੈਣਾ? ਵੇਖੋ ਜਿਹੜਾ ਅਰਸ਼ ਤੋਂ ਫਰਸ਼ 'ਤੇ ਆ ਨਾ ਸ਼੍ਰੋਮਣੀ ਅਕਾਲੀ ਦਲ, ਉਹਦਾ ਮੁੱਖ ਕਾਰਨ ਇਹੋ ਹੀ ਆ ਵੀ ਉਹਦੀ ਪਿੱਠ ਜਿਹੜੀ ਸੀ ਉਹ ਗੁਰੂ ਵੱਲੋਂ ਹਟ ਕੇ ਅਤੇ ਪਰੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜਾ ਮੀਰੀ ਪੀਰੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ, ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰ ਸਾਹਿਬਾਨ ਨੇ ਉਹ ਥੱਲੇ ਕਰ ਦਿੰਦੇ ਆ, ਉਹ ਨਿੱਜ ਪ੍ਰਸਤੀ ਜਿਹੜੀ ਹੈ ਅਤੇ ਸਰਕਾਰਾਂ ਦੀ ਉਹ ਉੱਪਰ ਹੋ ਜਾਂਦੀ ਹੈ, ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਹੇ ਤਾਂ ਰਾਜ ਵੀ ਸਹੀ ਚੱਲਦਾ, ਫੈਸਲੇ ਵੀ ਗਲਤ ਨਹੀਂ ਹੁੰਦੇ। ਕਈ ਵਾਰ ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਹਾਂ, ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚੱਲਦੇ।
ਸੋ ਉਹ ਫੈਸਲੇ ਇਸ ਕਰਕੇ ਗਲਤ ਹੋਇਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ 'ਤੇ ਦਰਬਾਰ ਸਾਹਿਬ ਵੱਲੋਂ ਜਾਂ ਅਕਾਲ ਤਖਤ ਸਾਹਿਬ ਵੱਲੋਂ ਪਰੇ ਹੁੰਦੀ ਆ। ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ 'ਤੇ ਜਾਂ ਪਹਿਲਾਂ ਟਾਈਮ 'ਤੇ ਵੀ ਜਿਹੜੀ ਲੀਡਰਸ਼ਿਪ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਅਤੇ ਉਹਨਾਂ ਨੂੰ ਇੱਥੇ ਅਕਾਲ ਤਖਤ ਸਾਹਿਬ 'ਤੇ ਜਿਹੜਾ ਸੀ ਉਹ ਸੱਦਿਆ ਗਿਆ। ਔਰ ਅਕਾਲੀ ਫੂਲਾ ਸਿੰਘ ਨੇ ਕਿਹਾ ਵੀ ਇਹਨਾਂ ਨੂੰ ਇਮਲੀ ਦੇ ਦਰਖਤ ਨਾਲ ਬੰਨ੍ਹ ਦਿਓ ਅਤੇ ਇਹਨਾਂ ਦੇ ਕੋਟਲੇ ਮਾਰੋ। ਮਗਰ ਉਹ ਖਾਲਸਾ ਪੰਥ ਨੇ ਜਦੋਂ ਵੱਜ ਗਿਆ ਆਣ ਕੇ ਨਿਮਰਤਾ ਹੋ ਗਈ ਉਹਨਾਂ ਕਹਿ ਤਾਂ ਜੋ ਵੱਜਿਆ ਤੋਂ ਵੱਧ ਹੋ ਗਿਆ ਰਹਿਣ ਦਿਓ ਇਹਨਾਂ ਨੂੰ। ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਣ ਕੇ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਜਿਹੜੇ ਹੋਏ ਸੀ। ਕੀ ਲੱਗਦਾ ਨਹੀਂ ਸਮਾਂ ਜ਼ਿਆਦਾ ਹੋ ਗਿਆ ਜੀ? ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਣ ਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋਲਨਾ ਦਲਾਲਾ ਪਾਛੇ ਜੋ ਬੀਤੀ ਸੋ ਬੀਤੀ। ਗਲਤੀਆਂ ਦਾ ਸਿੱਖ ਪੁਤਲਾ ਹੈ, ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁਤਲਾ ਹੈਗਾ ਹੈ। ਅਤੇ ਜੇ ਫਿਰ ਵੀ ਉਹ ਆਣ ਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਤਾਂ ਮੈਂ ਸਮਝਦਾ ਬਹੁਤ ਵੱਡੀ ਗੱਲ ਆ। ਔਰ ਸਵੇਰ ਤੱਕ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹੀਦਾ। ਇਹ ਠੀਕ ਆ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕਰਨ ਅਤੇ ਕੋਈ ਦੇਰ ਨਹੀਂ ਹੁੰਦੀ ਕਦੇ ਕੋਈ ਕਿਸੇ ਕੰਮ ਨੂੰ ਕੋਈ ਦੇਰੀ ਨਹੀਂ ਹੁੰਦੀ। ਜਦੋਂ ਜਾਗੀਏ ਉਦੋਂ ਹੀ ਸਵੇਰਾ ਹੁੰਦਾ ਹੈ। ਭਾਈ ਸਾਹਿਬ ਜਦੋਂ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀਗੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਦੋਂ ਸਾਰਾ ਘੱਟ ਕੀਤਾ ਸੀਗਾ ਉਹ ਅਸਲ 'ਚ ਮਾਫ਼ੀ ਨਹੀਂ ਮੰਗੀ ਗਈ ਉਦੋਂ। ਹੁਣ ਮੈਂ ਵੈਸੇ ਤਾਂ ਨਹੀਂ ਮੈਨੂੰ ਗੱਲ ਉਦੋਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਸੀ। ਇੱਕ ਇੱਥੇ ਵਿਧੀ ਵਿਧਾਨ ਆ ਵੀ ਜੇ ਕਿਸੇ ਗਲਤੀ ਕੀਤੀ ਉਹ ਆਣ ਕੇ ਐਪਲੀਕੇਸ਼ਨ ਦੇਵੇ ਪੰਜ ਸਿੰਘ ਸਾਹਿਬਾਨ ਕੱਟਰ ਹੋਣ ਅਕਾਲ ਤਖਤ ਸਾਹਿਬ ਦੇ ਅੱਗੇ ਮਾਫ਼ੀ ਹੁੰਦੀ ਮਗਰ ਮਾਫ਼ੀ ਮੰਗੀ ਜਾਂਦੀ ਆ। ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਅਤੇ ਆਪਾਂ ਰੋਜ਼ ਜਦੋਂ ਮਾਫ਼ੀ ਮੰਗਾਉਂਦੇ ਹਾਂ ਕਿਸੇ ਸਿੰਘ ਨੂੰ ਉਹਨੂੰ ਪਰੇ ਦੇ ਅੱਗੇ ਮੰਗਣਾ ਮਾਫ਼ੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੇ ਜਾ ਕੇ ਉੱਥੇ ਮੰਗ ਲਾ। ਅਕਾਲ ਤਖਤ ਸਾਹਿਬ ਦੇ ਪਿੱਛੇ ਨਹੀਂ ਮਾਫ਼ੀ ਮੰਗੀ ਜਾ ਸਕਦੀ। ਔਰ ਉਹ ਵੀ ਮੈਂ ਸਮਝਦਾ ਹਾਂ ਕਿ ਸਿੱਖੀ ਸਿਧਾਂਤ ਦੀ ਅਕਾਲ ਤਖਤ ਸਾਹਿਬ ਦੇ ਅਸੂਲਾਂ ਦੀ ਇੱਕ ਉਲੰਘਣਾ ਹੋਈ ਹੈ। ਉੱਥੇ ਨਹੀਂ ਮਾਫ਼ੀ ਮੰਗਣੀ ਚਾਹੀਦੀ, ਅਕਾਲ ਤਖਤ ਸਾਹਿਬ ਦੇ ਅੱਗੇ ਮੰਗਣੀ ਚਾਹੀਦੀ ਹੈ। ਸੋ ਇਹ ਜਿਹੜਾ ਮਾਫ਼ੀ ਵਾਲਾ ਕੰਮ ਆ ਨਾ ਉਹ ਵਿਧੀ ਦੇ ਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ। ਜਿਸ ਤਰ੍ਹਾਂ ਹੁਣ ਅਸੀਂ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸਾਥੋਂ ਆਹ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉੱਧਰ ਦਾ ਜਿਹੜਾ ਮਲੇਰਕੋਟਲੇ ਦਾ ਸੀ ਨਵਾਬ ਸ਼ੇਰ ਖਾਂ ਉਹ ਹੀ ਬੋਲੇ ਸੀ ਨਾ, ਬਾਕੀ ਤਾਂ ਚੁੱਪ ਕਰ ਰਹੇ ਸੀ। ਦੋਸ਼ੀ ਤਾਂ ਉਹ ਵੀ ਸੀ ਜਿਹੜੇ ਉਸ ਟਾਈਮ 'ਤੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਸੀ ਅਤੇ ਨਹੀਂ ਸੀ ਬੋਲੇ ਤਾਂ ਦੋਸ਼ੀ ਤਾਂ ਉਹ ਵੀ ਹੈਗੇ ਸੀ। ਉਹ 'ਚ ਬੜੇ ਲੋਕ ਸੀ ਉਦੋਂ ਇਕੱਲੇ ਉਹ ਨਹੀਂ ਹੈਗਾ ਪਰ ਹਾਂ ਦਾ ਨਾਰਾ ਕੱਲ ਉਹਨਾਂ ਮਾਰਿਆ ਸੀ। ਭਾਈ ਸਾਹਿਬ ਲੱਗਦਾ ਕਿ ਇੱਕ ਤਰੀਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪਹੁੰਚੀ, ਤੁਸੀਂ ਪੰਥਕ ਸੇਵਾ ਬਹੁਤ ਲੰਬੇ ਸਮੇਂ ਤੋਂ ਕੀਤੀ, ਤੁਸੀਂ ਸੰਪਰਕ ਵਿੱਚ ਵੀ ਹੈਗੇ ਹੋ, ਬਾਕੀ ਇਹਨਾਂ ਨਾਲ ਗੱਲਬਾਤ ਹੁੰਦੀ ਹੋਏਗੀ, ਕੌਣ ਕੀ ਲੱਗਦਾ ਹੈ ਕੌਣ ਕੌਣ ਪਹੁੰਚ ਸਕਦਾ ਹੈ ਜਾਂ ਕੌਣ ਨਹੀਂ ਪਹੁੰਚੂਗਾ? ਵੇਖੋ ਜਿਹੜੇ ਜਲੰਧਰ 'ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੀ ਪਹੁੰਚੂਗੀ। ਅਸੀਂ ਮੈਂ ਤਾਂ ਤੁਹਾਡੇ ਬਾਅਦ ਮੇਰਾ ਤਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫ਼ੀ ਤੋਂ ਬਾਅਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਸੀ, ਉਹਦੇ 'ਚ ਮੈਂਬਰ ਸਾਹਿਬਾਨ ਵੀ ਹੈਗੇ ਆ, ਭਾਵੇਂ ਮੈਂਬਰ ਸਾਹਿਬਾਨਾਂ ਦੇ ਉਹ 'ਚ ਕੋਈ ਗਲਤੀ ਨਹੀਂ ਸੀ। ਮੈਂ ਉਹਨਾਂ ਮੈਂਬਰ ਸਾਹਿਬਾਨਾਂ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹੇ ਆ ਨਾ ਸਾਰੇ, ਉਹ ਸਾਰਿਆਂ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜਥੇਦਾਰ ਵੀ ਆ, ਕੋਈ ਪ੍ਰਧਾਨ ਵੀ ਆ ਕਿਸੇ ਜ਼ਿਲ੍ਹੇ ਦਾ, ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ, ਕਿਉਂਕਿ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋਇਆ ਵੱਡੇ ਹੋਣਾ ਹੈ, ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਹੀ ਝਾੜਦੇ ਹਾਂ, ਝਾੜਨੇ ਵੀ ਚਾਹੀਦੇ ਆ। ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਹਾਂ, ਆਪਾਂ ਝਾੜੂ ਦੀ ਸੇਵਾ ਵੀ ਕਰਦੇ ਹਾਂ, ਔਰ ਲੋਕ ਕਰੋੜਾਂਪਤੀ ਲੋਕ ਰੋਜ਼ ਆਣ ਕੇ ਇੱਥੇ ਉਹ ਸੇਵਾ ਕਰਦੇ ਆ ਅਤੇ ਸਾਨੂੰ ਤਾਂ ਵੱਡੇ ਭਾਗ ਹੋਣਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਲਾਉਣਗੇ
ਤੇ ਮੈਂ ਸਮਝਦਾ ਹਾਂ ਕਿ ਉਹ ਸੇਵਾ ਸਾਨੂੰ ਸਾਰਿਆਂ ਨੂੰ ਕਰੀ ਜੇ ਔਰ ਸਾਰੇ ਅਕਾਲੀ ਦਲ ਨੂੰ ਆਉਣਾ ਚਾਹੀਦਾ। ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਸਾਰਾ ਅਕਾਲੀ ਦਲ ਹੀ ਇੱਥੇ ਆਵੇ। ਨਹੀਂ ਉਹ ਵੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗਨਾਹ ਆ ਉਹਦੀ ਮਾਫ਼ੀ ਤਾਂ ਮੰਗੀ ਹੈ, ਜਦੋਂ ਗਨਾਹ ਤੋਂ ਮਾਫ਼ੀ ਮੰਗਾਂਗੇ ਅਗਲੀਆਂ ਗੱਲਾਂ ਤਾਂ ਬਾਅਦ 'ਚ ਚੱਲਣੀਆਂ। ਮਗਰ ਸਿੰਘ ਸਾਹਿਬ ਨੇ ਕਿਸ ਤਰ੍ਹਾਂ ਦਾ ਸੁਭਾਸ਼ਣ ਦਿੱਤਾ? ਬਹੁਤ ਵਧੀਆ, ਉਹਨਾਂ ਕਿਹਾ ਹੈ ਵੀ ਇਹ ਹੋਣੀ ਚਾਹੀਦੀ ਆ, ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ। ਹੋਰ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੁੰਦੇ ਆ, ਨਤਮਸਤਕ ਹੁੰਦੇ ਆ, ਉਹਨਾਂ ਨੂੰ ਸਜ਼ਾ ਲੱਗਦੀ ਆ, ਫਿਰ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿਹੜੇ ਉਹ ਮਾਫ਼ ਕਰ ਦਿੰਦੇ ਆ। ਅਤੇ ਗਲਤੀ ਜਿਹੜੀ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ, ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਹੀ ਹਾਂ, ਜਿੰਨੇ ਵੀ ਆਪਾਂ ਮਾਫ਼ੀ ਮੰਗਣੀ ਆਉਣੇ ਇੱਥੇ ਜਦੋਂ ਆਉਣੇ ਆ। ਔਰ ਸਿੱਖ ਦੋਵੇਂ ਵੇਲੇ ਜਦੋਂ ਅਰਦਾਸ ਕਰਦਾ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ, ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰੇ ਤੋਂ ਕੋਈ ਜਾਣੇ ਨਜਾਣੇ ਗਲਤੀ ਹੋਈ ਆ, ਭੁੱਲ ਚੁੱਕ ਹੋ ਗਈ ਆ, ਸਵੇਰੇ ਅਤੇ ਸ਼ਾਮੀ ਜਦੋਂ ਅਰਦਾਸ ਕਰ ਤਾਂ ਸੱਚੇ ਪਾਤਸ਼ਾਹ ਮਾਫ਼ ਕਰਿਆ ਜੀ, ਅਤੇ ਗੁਰੂ ਜੀ ਮਾਫ਼ ਕਰਦੇ ਆ।